ਹਾਂਜੀ, ਕੀ ਹਾਲ ਚਾਲ ਹੈ ਸਾਰਿਆਂ ਦਾ? ਹੋਰ ਘਰ ਪਰਿਵਾਰ ਸਭ ਠੀਕ ਆ ਜੀ? ਅੱਜ ਤੁਹਾਡੇ ਲਈ ਜੀ ਇੱਕ ਨਵੀਂ ਵੀਡੀਓ ਲੈ ਕੇ ਆਇਆ। ਅਤੇ ਜੀ 1 ਮਹੀਨਾ ਹੋ ਗਿਆ ਜੀ ਲੌਂਗ ਵੀਡੀਓ ਪਾਈ ਨੂੰ, ਅਤੇ ਮੈਂ ਕਿਹਾ ਇੱਕ ਅੱਜ ਵੀਡੀਓ ਸ਼ੂਟ ਕਰ ਲਈਏ। ਅਤੇ ਦੇਖੋ ਜੀ, ਹੁਣ ਆਪਾਂ ਕਬੂਤਰ ਵੀ ਛੱਡਦੇ ਹਾਂ, ਸ਼ਾਮ ਦਾ ਟਾਈਮ ਆ ਜੀ ਹੁਣ, ਆਹ ਦੇਖ ਲਓ। ਅਤੇ ਹੁਣ ਆਪਣੇ ਕਬੂਤਰ ਵੀ ਖੋਲ੍ਹਦੇ ਹਾਂ ਅਤੇ ਨਾਲੇ ਤੁਹਾਨੂੰ ਵੀ ਦਿਖਾਉਂਦੇ ਹਾਂ, ਕਿਉਂਕਿ 1 ਮਹੀਨਾ ਹੋ ਗਿਆ ਜੀ, ਤੁਹਾਨੂੰ ਖੁੱਡੇ ਦਾ ਮਾਹੌਲ ਵੀ ਦਿਖਾਉਂਦੇ ਹਾਂ। ਅਤੇ ਪਹਿਲਾਂ ਆਪਾਂ ਕਬੂਤਰ ਛੱਡ ਲਈਏ ਆਪਣੇ, ਦੇਖ ਲਓ ਜੀ, ਪਰ ਕੱਟੇ ਆ ਜੀ, ਫਿਰ ਵੀ ਮਾੜਾ ਮੋਟਾ ਉੱਡ ਲੈਂਦੇ ਆ, ਬਾਕੀ ਤਾਂ ਕੱਟ ਕੀਤੇ ਹੀ ਆ। ਚੱਕੋ, ਆ ਵੀ ਆ ਗਈ, ਇੱਕ ਰਹਿ ਗਿਆ ਬਸ, ਉਹਨੇ ਲੈ ਜਾਣਾ। ਅਤੇ ਚਲੋ ਹੁਣ ਆਪਣੇ ਕਬੂਤਰ ਆ ਹੀ ਗਏ ਜੀ, ਦੇਖ ਲਓ ਖੁੱਡੇ ਵਿੱਚੋਂ ਨਿਕਲਦੇ ਹਨ। ਖੁੱਡੇ ਦਾ ਮਾਹੌਲ ਵੀ ਦਿਖਾਉਂਦੇ ਆ ਜੀ, ਪਹਿਲਾਂ ਦਾਣਾ ਪਾਣੀ ਪਾ ਦਈਏ ਆਪਣੇ ਕਬੂਤਰਾਂ ਨੂੰ। ਚੱਕੋ, ਦੇਖ ਲਓ ਜੀ, ਅਤੇ ਜੀ ਹੁਣ ਖੁੱਡੇ ਦਾ ਪਾਣੀ ਕੱਢਦੇ ਹਾਂ ਸਭ ਤੋਂ ਪਹਿਲਾਂ, ਕਿਉਂਕਿ ਸਵੇਰ ਦਾ ਇਹ ਭਰਿਆ ਪਿਆ। ਅਤੇ ਕਬੂਤਰ ਜੀ ਆਪਣੇ ਇੱਕ ਟਾਈਮ ਹੀ ਛੱਡ ਹੁੰਦੇ ਆ, ਫਿਰ ਟਾਈਮ ਹੀ ਨਹੀਂ ਲੱਗਦਾ ਜੀ। ਅਤੇ ਪਾਣੀ ਦੇਖ ਲਓ ਜੀ ਕਿੰਨਾ ਗੰਦਾ ਹੋ ਗਿਆ ਉਹ। ਅਤੇ ਡੱਬਾ ਧੋ ਕੇ ਸਾਫ ਪਾਣੀ ਭਰੀਏ ਜੀ, ਆਹ ਦੇਖ ਲਓ ਥੱਲੇ ਉਹ ਪਾਣੀ ਭਰ ਕੇ ਲਿਆਂਦਾ। ਪਾਣੀ ਤਾਂ ਰੱਖਦਾ ਜੀ ਆਪਣੇ ਕਬੂਤਰਾਂ ਨੂੰ, ਦੇਖ ਲਓ ਕਬੂਤਰ ਦਿਖਾ ਦਈਏ ਆਪਾਂ ਨੇੜਿਓ ਆਪਣੇ, ਦੇਖ ਲਓ ਜੀ। ਜਾਂ ਬੱਚਾ ਦੇਖ ਲਓ ਜੀ ਕਿੱਡਾ ਵੱਡਾ ਹੋ ਗਿਆ, ਅਤੇ ਆਹ ਬੱਚਾ ਵੀ ਦੇਖ ਲਓ ਜੀ, ਜਿਹੜਾ ਜੀ ਇਹਦੇ ਨਾਲ ਦਾ ਬੱਚਾ, ਫਿਰ ਆਹ ਵਾਲੀ ਕਬੂਤਰੀ ਦਾ, ਅਤੇ ਉਹਨੂੰ ਜੀ ਬੈਰੀ ਚੱਕ ਕੇ ਲੈ ਗਈ ਵਿਚਾਰੇ ਨੂੰ, ਇੱਦਾਂ ਹੀ ਉੱਡ ਗਿਆ ਫਿਰ ਜੀ ਸ਼ਾਮ ਨੂੰ, ਅਤੇ ਬੈਰੀ ਨੇ ਨਾਲ ਹੀ ਚੱਕ ਲਿਆ। ਅਤੇ ਇੱਕ ਜਿਹੜਾ ਆਪਣੇ ਲਾਲ ਸ਼ਿਰਾਜੀ ਦਾ ਬੱਚਾ ਸੀਗਾ, ਉਹਨੂੰ ਵੀ ਜੀ ਬੈਰੀ ਚੱਕ ਕੇ ਲੈ ਗਈ, ਆਪਣੇ 2 ਕਬੂਤਰਾਂ ਦੇ ਬੱਚਿਆਂ ਨੂੰ ਲੈ ਗਈ ਬੈਰੀ ਚੱਕ ਕੇ। ਅਤੇ ਇਸ ਕਰਕੇ ਜੀ ਆਪਾਂ ਸਾਰੇ ਕਬੂਤਰ ਆਪਣੇ ਕੱਟ ਕਰਤੇ ਆ, ਬਸ 2 ਬੱਚੇ ਛੱਡੇ ਆ, ਇੱਕ ਤਾਂ ਵਾਲਾ ਬੱਚਾ ਜੀ ਅਤੇ ਇੱਕ ਆਹ ਵਾਲਾ ਭੂਰਾ ਜਿਹੜਾ ਗੱਭੇ ਖੜਾ, ਇਹ 2 ਛੱਡੇ ਜੀ, ਬਾਕੀ ਕੱਟ ਕਰਤੇ ਆ, ਦੇਖ ਲਓ ਜੀ ਆਪਣੇ ਕਬੂਤਰ। ਅਤੇ ਕਈਆਂ ਨੇ ਆਂਡੇ ਵੀ ਧਰੇ ਜੀ, ਕਈਆਂ ਨੇ ਬੱਚੇ ਵੀ ਕੱਢੇ ਆ, ਤੁਹਾਨੂੰ ਉਹ ਵੀ ਦਿਖਾਵਾਂਗੇ। ਅਤੇ ਪਹਿਲਾਂ ਦਾਣੇ ਪਾ ਦਈਏ ਇਹਨਾਂ ਨੂੰ, ਲਓ ਜੀ ਦਾਣੇ ਪਾਈਏ ਆਪਣੇ ਕਬੂਤਰਾਂ ਨੂੰ, ਭੁੱਖੇ ਹੋਏ ਆ ਸਵੇਰ ਦੇ। ਚੱਕੋ ਜੀ, ਇੰਨੇ ਪਾ ਦਿੰਦੇ ਇਹਨਾਂ ਨੇ ਖਾ ਲੈਣੇ ਆ। ਅਤੇ ਹੁਣ ਤੁਹਾਨੂੰ ਖੁੱਡੇ ਦਾ ਮਾਹੌਲ ਵੀ ਦਿਖਾਈ ਦਿੰਦਾ, ਦੇਖ ਲਓ ਜੀ ਜੰਗਲੀ ਕਬੂਤਰ ਵੀ ਆ ਗਏ, ਇਹ ਪੱਕੇ ਆ ਜੀ, ਸ਼ਾਮ ਨੂੰ ਇਹਨਾਂ ਨੇ ਆਉਣਾ ਹੀ ਆਉਣਾ ਜਦੋਂ ਦਾਣਾ ਪੈਣਾ ਆਪਣੇ ਕਬੂਤਰਾਂ ਨੂੰ, ਇੱਥੇ ਸਾਹਮਣੇ ਬਹਿੰਦੇ ਆ ਉੱਥੇ, ਅਤੇ ਆਇਆਂ ਦੇ ਹੁੰਦੇ ਆ। ਚਲੋ ਹੁਣ ਖੁੱਡਾ ਦਿਖਾ ਦਈਏ ਤੁਹਾਨੂੰ, ਅਤੇ ਆਪਣੀ ਜੀ ਕਬੂਤਰੀ ਬੈਠੀ ਚਿੱਟੀ, ਆਹ ਦੇਖ ਲਓ ਜੀ, ਰੁਕਿਓ ਲਾਈਟ ਚ ਕਾ ਲੈਂਦਾ, ਇਹਨੇ ਜੀ ਇੱਕ ਆਂਡਾ ਧਰਿਆ, ਮਤਲਬ ਇਹਨੇ ਆਂਡੇ 2 ਹੀ ਧਰੇ ਸੀ ਵੈਸੇ ਤਾਂ, ਅਤੇ ਕਾਂਡਾ ਜੀ ਇਹਦਾ ਟੁੱਟ ਗਿਆ ਸੀਗਾ, ਉਦੋਂ ਨਾ ਕੁੰਡਾ ਨਹੀਂ ਰੱਖਿਆ ਸੀ ਵਿੱਚ, ਮੈਂ ਥੱਲੇ ਇਹਨੇ ਆਂਡੇ ਧਰੇ ਸੀ, ਇੱਦਾਂ ਕਬੂਤਰ ਮਿਲਾ ਉੱਤੇ ਚੜ੍ਹ ਚੁੜ ਗਿਆ, ਆਂਡਾ ਉਹਨਾਂ ਟੁੱਟ ਗਿਆ ਸੀਗਾ। ਅਤੇ ਹੁਣ ਮੈਂ ਫਿਰ ਕੁੰਡਾ ਰੱਖਤਾ, ਅਤੇ ਪਾਣੀ ਅਸੀਂ ਦੂਸਰੇ ਡੱਬੇ 'ਚ ਪਾਈਦਾ, ਉਹ ਦੇਖ ਲਓ।
ਤੇ ਇਹਦੇ ਵਿੱਚ ਤੂੜੀ ਪਾ ਕੇ ਤੇ ਕਾਂਟਾ ਰੱਖਤਾ ਸੀ ਜਿਹੜਾ ਇਹਦਾ ਹੀ ਸੀ। ਇੱਧਰ ਜੀ ਬੱਚੇ ਦਿਖਾਉਂਦਾ, ਲਓ ਜੀ ਆ ਬੱਚਾ ਥੱਲੇ ਡਿੱਗ ਗਿਆ, ਉਹ ਉੱਪਰਲੇ ਖਾਨੇ 'ਚੋਂ ਉਹ ਦੇਖ ਲਓ ਜੀ ਆਪਣੇ ਦੋ ਜਿਹੜਾ ਜੋੜਾ ਨਾ ਆਪਣਾ ਪੁਰਾਣਾ ਜਿਹੜਾ ਸੀ ਆਂਟੀ ਧਰਦਾ ਨੂੰ ਪਤਾ ਹੀ ਹੋਣਾ ਜੀ, ਪਹਿਲਾਂ ਵੀਡੀਓ ਦੇਖੀ ਹੋ ਤੁਸੀਂ, ਅਤੇ ਆਹ ਬੱਚਾ ਥੱਲੇ ਡਿੱਗਿਆ ਚੱਕ ਕੇ ਉੱਪਰ ਰੱਖਦਾ ਜੀ। ਚੱਕੋ ਜੀ ਆਹ ਦੋ ਬੱਚੇ ਆ ਜੀ, ਅਤੇ ਇੱਧਰ ਆਪਣਾ ਆਹ ਬੱਚਾ ਥੱਲੇ ਇੱਕ, ਇਹ ਲਾਲ ਸ਼ਰਾਜ ਦਾ ਖਾਨਾ। ਅਤੇ ਜੀ ਇਹ ਆਂਡਾ ਜਿਹੜਾ ਸੀਗਾ ਨਾ ਆਹ ਵਾਲੀ ਕਬੂਤਰੀ ਦਾ ਸੀਗਾ, ਲਾਲ ਸ਼ਰਾਜ ਦਾ ਨਹੀਂ ਸੀਗਾ। ਇਹ ਕਬੂਤਰੀ ਨੇ ਪਹਿਲਾਂ ਆਂਡੇ ਧਰੇ ਸੀਗੇ, ਉਦੋਂ ਇੱਕ ਆਂਡਾ ਚੱਕਿਆ ਸੀਗਾ, ਅਤੇ ਲਾਲ ਸ਼ਰਾਜ ਦਾ ਜਿਹੜਾ ਰੱਖਤਾ ਸੀਗਾ ਜੀ। ਬੱਚਾ ਦੇਖ ਲਓ ਵਧੀਆ ਗਰੋਥ ਹੋਣ ਦੀ ਹਾਲੇ ਤੱਕ ਤਾਂ, ਦੇਖ ਲਓ ਜੀ ਆਹ ਜੀ ਤਿੰਨ ਬੱਚੇ ਖੁੱਡੇ ਵਿੱਚ ਹੁਣ, ਅਤੇ ਇੱਕ ਆਂਡਾ ਧਰਿਆ ਆਪਣੀ ਕਬੂਤਰੀ ਨੇ। ਹੋਰ ਤਾਂ ਜੀ ਕਾਲੇ ਸ਼ਰਾਜ ਦੀ ਕਬੂਤਰੀ ਨੇ ਵੀ ਆਂਡੇ ਧਰ ਲੈਣੇ ਆ ਮੇਰੇ ਹਿਸਾਬ ਨਾਲ, ਇੱਕ ਜਾਂ ਦੋ ਦਿਨ ਤੱਕ ਧਰੂਗੀ ਜ਼ਰੂਰ। ਅਤੇ ਪਰ ਬੱਚੇ ਆਪਾਂ ਕਢਾਉਣੇ ਨਹੀਂ ਜੀ, ਕੀ ਕਰਨੇ ਉਹਨਾਂ ਦੇ ਐਵੇਂ ਫੈਂਸੀ ਕਬੂਤਰ ਆਪਣੇ, ਇਹਨਾਂ ਦੇ ਕਢਾਇਆ ਕਰਾਂਗੇ ਉੱਡਣ ਵਾਲਿਆਂ ਦੇ। ਅਤੇ ਹੁਣ ਆਪਣੇ ਕਬੂਤਰ ਵੀ ਦੇਖ ਲਓ ਦਾਣਾ ਪਾਣੀ ਖਾਣ ਦੇ ਆ, ਅਤੇ ਮੌਸਮ ਦੇਖੋ ਜੀ ਪਹਿਲਾਂ ਬੱਦਲ ਹੋਇਆ ਸੀਗਾ ਹੁਣ ਥੋੜ੍ਹਾ ਸਾਫ਼ ਹੋ ਗਿਆ, ਚੈੱਕ ਕਰੋ। ਅਤੇ ਨਾਲੇ ਜੀ ਆਪਣੇ ਚੈਨਲ 'ਤੇ 13,000 ਸਬਸਕ੍ਰਾਈਬਰ ਹੋ ਗਏ ਆ, ਅਤੇ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਕਰਕੇ ਜੀ 13,000 ਆਪਣੇ ਚੈਨਲ 'ਤੇ ਸਬਸਕ੍ਰਾਈਬਰ ਹੋਏ ਆ। ਅਤੇ ਇੱਦਾਂ ਜੀ ਤੁਸੀਂ ਸਾਡੇ ਚੈਨਲ ਨੂੰ ਪਿਆਰ ਦੇਵੋ, ਅਤੇ ਤੁਹਾਡੇ ਲਈ ਹੋਰ ਵਧੀਆ ਵਧੀਆ ਵੀਡੀਓ ਲੈ ਕੇ ਆਈਏ। ਅਤੇ ਦੇਖੋ ਜੀ ਆਪਣੇ ਆਪ ਹੀ ਕਬੂਤਰੀ ਥੱਲੇ ਹੋ ਗਈ, ਇਹ ਵਿਹੜੇ 'ਚ ਉੱਤਰ ਜਾਂਦੀ ਦਾਣਾ ਮਿੱਟੀ ਥੱਲੇ ਖਾਂਦੀ ਨਾ ਜਾ ਕੇ, ਫਿਰ ਕੱਚੇ ਥਾਂ ਫਿਰ ਆਪਣੇ ਆਪ ਆ ਜਾਂਦੀ ਹੁੰਦੀ। ਅਤੇ ਦੇਖੋ ਆ ਲਾਲ ਸ਼ਰਾਜ ਜੀ ਆਪਣਾ ਨਵੀਂ ਸਾਈਡ ਜਾਂ ਕਬੂਤਰੀ ਆਪਣੀ ਬਾਹਰ ਆਉਣਾ ਦਾਣਾ ਖਾ ਲਵੇ। ਅਤੇ ਜੀ ਆਹੀ ਸੀਗੀ ਅੱਜ ਦੀ ਛੋਟੀ ਜਿਹੀ ਵੀਡੀਓ, ਮੈਂ ਕਿਹਾ ਕਾਫੀ ਦਿਨ ਹੋ ਗਏ ਜੀ ਵੀਡੀਓ ਬਣਾਈ ਨੂੰ, ਅਤੇ ਇੱਕ ਵੀਡੀਓ ਸ਼ੂਟ ਕਰ ਲਈਏ। ਹੁਣ ਕੋਸ਼ਿਸ਼ ਕਰਿਆ ਕਰਾਂਗੇ ਜੀ ਹਫ਼ਤੇ ਵਿੱਚ ਇੱਕ ਵੀਡੀਓ ਪਾ ਦਿਆ ਕਰੀਏ, ਅਤੇ ਆਹ ਵਾਲੀ ਵੀਡੀਓ 'ਤੇ ਜਿੱਥੇ ਐਂਡ ਕਰਦੇ ਹਾਂ। ਤੁਹਾਨੂੰ ਹੁਣ ਮਿਲਦੇ ਜਲਦੀ ਇੱਕ ਨਵੀਂ ਵੀਡੀਓ ਵਿੱਚ।